13 ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਂ ਜਿਹੜਾ ਕਿ ਬੋਲੇਗਾ, ਉਸ ਨੂੰ ਜਿਹੜੀ ਕਿ ਇੱਕ ਪਲੇਟ ਵੈਜ ਚਾਂਪ ਦੀ ਜਿਹੜੀ ਕਿ ਦਿੱਤੀ ਆ, ਵੀ ਕੋਈ ਵੀ ਜਿਹੜਾ ਫਲੇਵਰ ਜਿਹੜਾ ਉਹਨਾਂ ਵੱਲੋਂ ਬਣਿਆ ਹੋਵੇਗਾ। ਭਾਵੇਂ ਜਿੰਨੇ ਮਰਜ਼ੀ ਬੰਦੇ ਆਏ ਨੇ, ਉਸ ਤਰ੍ਹਾਂ ਚਲੋ ਆਏ ਜਾਂਦੇ, ਦੋ ਤਿੰਨ ਜਣੇ ਭਾਵੇਂ 10 ਸਾਲ ਭਾਵੇਂ 5 ਲੱਖ ਬੰਦਾ ਆ ਜਾਵੇ, ਕੋਈ ਚੱਕਰ ਨਹੀਂ, ਸਾਡੇ ਵੱਲੋਂ ਕੋਈ ਮਨਾ ਨਹੀਂ ਕਿਸੇ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ, ਅਤੇ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵਨਿਊ ਦੀਆਂ ਰੇਹੜੀ ਮਾਰਕੀਟ ਦੀਆਂ, ਜਿੱਥੇ ਕਿ ਇੱਕ ਨੌਜਵਾਨ ਦੀ ਜਿਹੜਾ ਕਿ ਹਿੰਦੂ ਪਰਿਵਾਰ ਨਾਲ ਜਿਹੜਾ ਕਿ ਸੰਬੰਧ ਰੱਖਦਾ, ਉਸਦੀ ਇੱਕ ਆਸਥਾ ਜੁੜੀ ਹੋਈ ਆ ਧੰਨ ਧੰਨ ਬਾਬਾ ਦੀਪ ਸਿੰਘ ਦੀ ਸ਼ਹੀਦਾਂ ਸਾਹਿਬ ਵਾਲਿਆਂ ਦੇ ਨਾਲ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ, ਇਹ ਜਿਹੜੀ ਆ ਵੈਜ ਚਾਂਪ, ਤੁਸੀਂ ਦੇਖ ਸਕਦੇ ਹੋ ਵੀ ਮੋਟੂ ਵੈਜ ਚਾਂਪ ਦੀ ਜਿਹੜੀ ਇੱਕ ਰੇਹੜੀ ਲਗਾਈ ਹੋਈ ਆ, ਇਹਨਾਂ ਦੇ ਜਿਹੜੇ ਕਿ ਨੌਜਵਾਨ ਨੇ, ਇਹਨਾਂ ਵੱਲੋਂ ਵੱਖਰਾ ਉਪਰਾਲਾ ਕੀਤਾ ਜਾ ਰਿਹਾ, ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿਹੜਾ ਵੀ ਇਹਨਾਂ ਰੇਹੜੀ ਉੱਤੇ ਆਉਂਦਾ ਵਾ, ਅਤੇ 13 ਵਾਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਂ ਜਿਹੜਾ ਕਿ ਬੋਲੇਗਾ, ਉਸ ਨੂੰ ਜਿਹੜੀ ਕਿ ਇੱਕ ਪਲੇਟ ਵੈਜ ਚਾਂਪ ਦੀ ਜਿਹੜੀ ਕਿ ਦਿੱਤੀ ਆ, ਵੀ ਕੋਈ ਵੀ ਜਿਹੜਾ ਫਲੇਵਰ ਜਿਹੜਾ ਉਹਨਾਂ ਵੱਲੋਂ ਬਣਿਆ ਹੋਵੇਗਾ, ਵੈਜ ਚਾਂਪ ਵਾਲਿਆਂ ਨਾਲ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ। ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ? ਲਵਿਸ਼ ਜੀ। ਲਵਿਸ਼ ਅਰੋੜਾ ਜੀ, ਅਤੇ ਮੈਨੂੰ ਇਸ ਅਰੋੜਾ ਸਾਹਿਬ ਕਿੱਸਾ ਤੁਹਾਡੇ ਜਹਿਨ 'ਚ ਆਇਆ ਵੀ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜਿਹੜਾ ਨਾਂ 13 ਵਾਰੀ ਲਵੇਗਾ, ਇਹ ਜਿਹੜਾ ਤੁਸੀਂ ਉਪਰਾਲਾ ਸ਼ੁਰੂ ਕੀਤਾ, ਜਹਿਨ ਕਿਸ ਤਰ੍ਹਾਂ ਤੁਹਾਡਾ? ਇਹ ਬਾਤ ਰੋਜ਼ ਬਾਬੇ ਦੇ ਦਰਬਾਰ ਹੋ ਗਿਆ ਇਹਦਾ, ਦਿਲੋਂ ਆਵਾਜ਼ ਆ ਗਈ ਇੱਕ ਵੀ ਪੈਤਰਾ, ਇੰਨੇ ਵੀਰ ਭਰਾ ਲੰਗਰ ਲਾਉਂਦੇ ਨੇ, ਇਹ ਚੀਜ਼ ਕੁਛ ਵੀ ਨਹੀਂ ਗੀ ਸਾਡੇ ਇਸੇ। ਅਤੇ ਮੈਨੂੰ ਦੱਸੋ ਵੀ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ? ਮੈਂ ਉਸ ਤਰ੍ਹਾਂ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਬਾਈ 3-4 ਸਾਲ ਹੋ ਗਏ ਨੇ, ਪਰ ਇਹ ਚੀਜ਼ ਜਿਹੜੀ ਆਪਾਂ 13 ਵਾਰੀ ਵਾਲੀ, ਇਹ 9 ਮਹੀਨਾ ਗਿਆ ਸ਼ੁਰੂ ਕੀਤੇ, ਜਿੰਨਾ ਚਿਰ ਸਾਹ ਚੱਲਦੇ ਆ ਚੱਲੇਗੀ ਸਾਡੀ। ਜਾਂਦੇ ਹੋ ਸ਼ਹੀਦਾਂ ਸਾਹਿਬ ਮੱਥਾ ਟੇਕਦੇ ਹੋ ਜਾ ਕੇ, ਡੇਲੀ ਜਾਂਦੇ ਹੋ, ਰੋਜ਼ਾਨਾ ਜਾਂਦੇ ਹੋ ਉੱਥੇ? ਹਾਂਜੀ ਹਾਂਜੀ ਸਰ, ਰੋਜ਼ ਜਾਈਦਾ, ਜੋ ਵਧੀਆ ਹੀ ਹੋ ਰਿਹਾ ਸਰ, ਜੋ ਜਦੋਂ ਦਾ ਸ਼ੁਰੂ ਕੀਤਾ ਬਹੁਤ ਵਧੀਆ ਚੱਲਣ ਡਿਆ, ਘਰ ਪਰਿਵਾਰ ਸਾਰਾ, ਬਾਬੇ ਦੀ ਚੜ੍ਹਦੀ ਕਲਾ ਹੀ ਹੈ, ਕੋਈ ਤਕਲੀਫ ਕੋਈ ਦੁੱਖ ਤਕਲੀਫ ਨਹੀਂ ਆ ਰਹੀ, ਸਭ ਬਹੁਤ ਵਧੀਆ ਹੋ ਰਿਹਾ। ਤੁਸੀਂ ਕਿਹਾ ਵੀ ਜਿਹੜਾ ਵੀ 13 ਵਾਰੀ ਆ ਕੇ ਧੰਨ ਧੰਨ ਬਾਬਾ ਦੀਪ ਸਿੰਘ ਬੋਲੂਗਾ, ਉਸ ਨੂੰ ਜਿਹੜੇ ਕਿ ਚਾਂਪਾਂ ਜਿਹੜੀ ਕਿ ਪਲੇਟ ਦਿੱਤੀ ਜਾਊਗੀ, ਅਤੇ ਹੁਣ ਤੱਕ ਕਿੰਨੇ ਕੁ ਨੌਜਵਾਨ ਆ ਜਾਂਦੇ ਨੇ ਰੋਜ਼ ਦੇ ਤੁਹਾਡੇ ਕੋਲ? ਆ ਜਾਂਦੇ ਬਈ, ਜ਼ਿਆਦਾ ਤਕਰੀਬਨ ਲੋੜਵੰਦ ਹੀ ਆ ਰਹੇ ਆ, ਬੱਚੇ ਵੀ ਆ ਰਹੇ ਆ, ਜਿਹੜਾ ਮਰਜ਼ੀ ਆ ਸਕਦਾ, ਕਿਸੇ ਨੂੰ ਕੋਈ ਤਰ੍ਹਾਂ ਦੀ ਨਾਂ ਨਹੀਂ ਗੀ ਇੱਧਰੋਂ, ਜੇ ਬਾਬਾ ਜੀ ਦਾ ਆਪਾਂ ਸ਼ੁਰੂ ਕੀਤਾ ਤਾਂ ਆਪਾਂ ਨਵਾਵਾਂਗੇ ਵੀ ਪੂਰੇ ਐਂਡ ਤੱਕ, ਬਹੁਤ ਬਹੁਤ ਵਧੀਆ ਚੱਲਦਾ ਪਿਆ ਸਰ, ਜਿੰਨੇ ਜਿੰਨੇ ਜੋ ਟੇਸਟ ਕਰਕੇ ਗਿਆ ਸਭ ਵੱਲੋਂ ਅੱਛਾ ਰਿਸਪੋਂਸ ਮਿਲਿਆ, ਕੋਈ ਮਾੜਾ ਕਿਸੇ ਵੱਲੋਂ ਨਹੀਂ ਮਿਲਿਆ, ਬਹੁਤ ਬਹੁਤ ਵੀਰ ਭਰਾ ਦੂਰੋਂ ਦੂਰੋਂ ਕਮੈਂਟ ਆ ਰਹੇ ਸੀ, ਬਹੁਤ ਵਧੀਆ ਕਰ ਰਹੇ। ਪਰਿਵਾਰ ਦਾ ਕੀ ਕਹਿਣਾ ਵਾ, ਪਰਿਵਾਰ ਦੀ ਹਮੇਸ਼ਾ ਸਪੋਰਟ ਹੁੰਦੀ ਆ, ਪਰਿਵਾਰ ਇਸ ਬਾਰੇ ਕੀ ਕਹਿਣਾ ਹੈ? ਪਰਿਵਾਰ ਵੱਲੋਂ ਵੀ ਪੂਰੀ ਸਪੋਰਟ ਪੂਰੀ ਹੈ, ਵੀ ਜੋ ਤੁਹਾਡਾ ਦਿਲ ਵੱਜਦੇ ਦੋ ਤੁਸੀਂ ਕਰਨਾ ਕਰੋ, ਬਾਬੇ ਦੇ ਨਾਂ 'ਤੇ ਆਪਾਂ ਤੁਹਾਡੇ ਨਾਲ ਨੇ, ਬਾਹਰੋਂ ਸਾਨੂੰ ਕਸਟਮਰਾਂ ਦੇ ਫੋਨ ਆ ਰਹੇ ਆ, ਬਹੁਤ ਬਹੁਤ ਦੂਰੋਂ ਫੋਨ ਆ ਰਹੇ ਆ ਵੀ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਬਾਬੇ ਦੇ ਨਾਂ 'ਤੇ, ਆਪਾਂ ਜ਼ਰੂਰ ਤੁਹਾਨੂੰ ਮਿਲ ਕੇ ਜਾਵਾਂਗੇ, ਤੁਸੀਂ ਬਾਬੇ ਦੇ ਕਰਕੇ ਬਹੁਤ ਵਧੀਆ ਕਰਨ ਡਿਓ। ਮੈਨੂੰ ਦੱਸੋ ਰੇਹੜੀ ਕਿੰਨੀ ਲਾਈਆਂ ਜਦੋਂ ਉਹਨਾਂ ਨਾਲ ਸ਼ੁਰੂ ਕੀਤਾ, ਪਹਿਲੇ ਕਿੰਨੀ ਰੇਹੜੀ ਹੋਣੀ, ਕਿੰਨੀ ਰੇਹੜੀ ਹੋ ਗਈਆਂ? ਪਹਿਲਾਂ ਲਾਈ ਆਪਾਂ ਸਟਾਰਟਿੰਗ ਦੇ ਇੱਕ ਰੇਹੜੀ ਜਾਮ ਦੀ, ਅਤੇ ਹੁਣ ਆਪਣੀ ਨਾਲ ਦੀ ਫਾਸਟ ਫੂਡ ਦੀ ਵੀ ਲੱਗ ਗਈ ਆ, ਅਤੇ ਬਾਬੇ ਦੀ ਕਿਰਪਾ ਰਹੀ ਹੋਰ 2-3 ਲਗਾ ਲਾਂਗੇ। ਵਾਹ ਜੀ ਵਾਹ, ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਦੇ ਨਾਂ 'ਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਕਿ 13 ਵਾਰੀ ਜਿਹੜਾ ਕਿ ਨਾਲ ਬੋਲੇਗਾ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ, ਅਤੇ ਵੀਰ ਦਾ ਕਹਿਣਾ ਵੀ ਪਹਿਲਾਂ ਇੱਕ ਰੇਹੜੀ ਸ਼ੁਰੂਆਤ ਕੀਤੀ ਗਈ ਸੀ, ਹੁਣ 2-2 ਰੇਹੜੀ ਲੱਗੀਆਂ ਨੇ, ਅਤੇ ਜਿੱਥੇ ਵੀ ਬਾਬਾ ਦੀਪ ਸਿੰਘ ਦਾ ਨਾਂ ਆਉਂਦਾ ਉੱਥੇ ਹਮੇਸ਼ਾ ਬਾਬਾ ਜੀ ਚੜ੍ਹਦੀ ਕਲਾ ਕਰਦੇ ਨੇ, ਹਮੇਸ਼ਾ ਪਰਿਵਾਰ ਨੂੰ ਬਲ ਬਖਸ਼ਦੇ ਨੇ, ਅਤੇ ਹਮੇਸ਼ਾ ਹੀ ਉਹਨਾਂ ਕੰਮਾਂ ਵਿੱਚ ਵਾਧਾ ਹੁੰਦਾ ਵਾ, ਕਦੇ ਵੀ ਘਾਟਾ ਨਹੀਂ ਪੈ ਦਿੰਦਾ। ਇਹ ਜਿਹੜਾ ਉਪਰਾਲਾ ਵਾ ਕਿ ਹਿੰਦੂ ਪਰਿਵਾਰ ਵੱਲੋਂ ਕੀਤਾ ਗਿਆ ਵਾ, ਤੁਸੀਂ ਦੇਖ ਸਕਦੇ ਨੌਜਵਾਨ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਅਰੋੜੇ ਪਰਿਵਾਰ ਨਾਲ, ਪਰ ਬੜਾ ਵਧੀਆ ਉਪਰਾਲਾ ਵਾ, ਤੁਸੀਂ ਦੇਖ ਸਕਦੇ ਵੀ ਇੰਨਾ ਕੁ ਆਸਥਾ ਜੁੜੀ ਹੋਈ ਆ ਧੰਨ ਧੰਨ ਬਾਬਾ ਦੀਪ ਸਿੰਘ ਦੇ ਨਾਲ, ਜਿੱਥੇ ਮੈਂ ਜਿਵੇਂ ਗੱਲ ਕੀਤੀ ਵੀ ਲੋਕ ਲੱਖਾਂ ਲੋਕ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ, ਚਪਹਿਰਾ ਸਾਹਿਬ ਕਰਦੇ ਨੇ ਸ਼ਹੀਦਾਂ ਸਾਹਿਬ ਆ ਕੇ, ਉੱਥੇ ਇਸ ਨੌਜਵਾਨ ਵੱਲੋਂ ਬੜੀ ਸ਼ਲਾਘਾ ਦਾ ਕੰਮ ਕੀਤਾ ਗਿਆ ਜਾ ਰਿਹਾ ਵਾ, ਲੋਕ ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਲੋਕ ਇੰਨਾ ਜਦੋਂ ਵੀਡੀਓ ਦੇਖਦੇ ਨੇ, ਬੜਾ ਵਧੀਆ ਉਪਰਾਲਾ ਲੋਕ ਸੋਚਦੇ ਨੇ ਵੀ ਬੜਾ ਵਧੀਆ ਉਪਰਾਲਾ ਨੌਜਵਾਨ ਕੀਤਾ ਗਿਆ ਵਾ। ਇੱਕ ਤਾਂ ਵੇਖੋ ਗੁਰੂ ਰਾਮਦਾਸ ਦੀ ਨਗਰੀ 'ਚ ਬੈਠੇ ਹਾਂ ਆਪਾਂ ਸਾਰੇ, ਇਹਨਾਂ ਵੱਲੋਂ ਜਿਹੜਾ ਉਪਰਾਲਾ ਬੜਾ ਵਧੀਆ, ਵੀ ਜਿਹੜਾ ਕੋਈ ਨਾਮ ਲਏਗਾ, ਜਦੋਂ ਕੋਈ ਪੈਸੇ ਵੀ ਨਹੀਂ ਹੋਏਗਾ, ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਤੂੰ ਚਾਂਪ ਖਾ ਸਕਦਾ। ਬਿਲਕੁਲ, ਇੱਕ ਇਹਨਾਂ ਦੀ ਸਫਾਈ ਬੜੀ ਵਧੀਆ,
ਇੱਕ ਇਹਨਾਂ ਦੇ ਚਾਂਪ ਬੜੇ ਟੇਸਟੀ ਆ। ਇੱਥੇ ਫਿਰ ਗਰੀਬ ਜਿਹਦੇ ਕੋਲ ਨਹੀਂ, ਗਰੀਬ ਬੱਚੇ ਕਿਸੇ ਕੋਲ ਨਹੀਂ ਪੈਸੇ ਹੁੰਦੇ, ਉਹ ਇੱਥੋਂ ਰਮਾਨ ਈਜ਼ਲੀ ਨਾਮ ਲੈ ਕੇ ਬਾਬੇ ਦਾ ਦੀਪ ਸਿੰਘ ਦਾ ਨਾਮ ਜਾ ਕੇ ਇੱਥੋਂ ਖਾ ਸਕਦੇ। ਇੱਕ ਹਿੰਦੂ ਪਰਿਵਾਰ ਵੱਲੋਂ ਇਹ ਹੋਰ ਵਧੀਆ ਉਪਰਾਲਾ ਹੈ। ਚਲੋ ਸਿੱਖ ਕਰਦਾ ਤਾਂ ਫਿਰ ਤਾਂ ਮੰਨਦੇ ਵੀ ਨਾ ਵੀ ਹਾਂ ਸਿੱਖ ਦਾ ਫਰਜ਼ ਵੀ ਬਣਦਾ ਹੈ। ਇੱਕ ਹਿੰਦੂ ਪਰਿਵਾਰ ਵੱਲੋਂ ਇਹ ਬਹੁਤ ਵਧੀਆ ਗੱਲ ਹੈ। ਮੈਂ ਆਪ ਵੇਖੇ ਬਰਗਰ ਖਾ ਕੇ ਨੇ ਆਉਣੇ, ਚਾਂਪ ਵੀ ਇੱਥੋਂ ਖਾਈਦੇ ਆ, ਪਰ ਬੜਾ ਵਧੀਆ ਟੇਸਟ, ਵਧੀਆ ਵੱਖਰਾ ਟੇਸਟ ਹੈ। ਆਸਥਾ ਵੇਖੋ, ਇੱਕ ਉੱਥੇ ਜਾਈਏ ਨਾ, ਜਦੋਂ ਆਪਾਂ ਜਾ ਕੇ ਦੇਖਦੇ ਹਾਂ ਜਦੋਂ ਚੁਪਹਿਰਾ ਕੱਟਣ ਦੇ ਹੁੰਦੇ ਆ, ਉੱਥੇ ਅੱਧਿਓਂ ਵੱਧ ਨਾਲ ਹਿੰਦੂ ਪਰਿਵਾਰ ਵੀ ਬੈਠੇ ਹੁੰਦੇ ਆ, ਉੱਥੇ ਸਾਨੂੰ ਦੇਖ ਜਾਂਦਾ ਜਦੋਂ ਆਪ ਮੱਥਾ ਟੇਕਣ ਜਾਈਦਾ। ਅਤੇ ਇਹਨਾਂ ਵੱਲੋਂ ਇਹ ਜਿਹੜਾ ਬਹੁਤ ਵਧੀਆ ਜਿਹੜਾ ਕਦਮ ਚੁੱਕਿਆ ਗਿਆ, ਸਲਾਹਣਾ ਯੋਗ ਹੈ। ਅਸੀਂ ਸਿੱਖ ਪਰਿਵਾਰ, ਅਸੀਂ ਪਿੰਡਾਂ ਤੋਂ ਰਹਿਣ ਵਾਲੇ, ਅਸੀਂ ਦਸਵੰਧ ਕੱਢਦੇ ਹਾਂ ਕਿ ਕੋਰੋਨਾ ਵਿੱਚ ਵੀ ਅਸੀਂ ਲੰਗਰ ਲਾਏ, ਲੋਕਾਂ ਘਰ ਆਟਾ ਛੱਡ ਕੇ ਆਏ। ਪਰ ਅਸੀਂ ਦੇਖਦੇ ਹਾਂ ਵੀ ਰੇਹੜੀ ਮਾਰਕੀਟ ਹੈ, ਮੈਂ ਜਿਵੇਂ ਗੱਲ ਕੀਤੀ ਵੀ ਇੱਥੇ 100-150 ਰੇਹੜੀ ਆ, ਪਰ ਕਿਸੇ ਵੱਲੋਂ ਇਸ ਦਾ ਉਪਰਾਲਾ ਨਹੀਂ ਕੀਤਾ ਗਿਆ, ਕਿਉਂਕਿ ਹਰ ਇੱਥੇ ਹਮੇਸ਼ਾ ਕੰਪਟੀਸ਼ਨ ਹੁੰਦਾ ਵਾ, ਹਰ ਕਿਸੇ ਨੂੰ ਪੈਸੇ ਦੀ ਦੌੜ ਹੁੰਦੀ ਆ ਵੀ ਪੈਸਾ ਵੱਧ ਕਮਾਇਆ ਜਾਵੇ। ਜਿਵੇਂ ਵੀਰ ਨੇ ਕੀਤਾ 80 ਰੁਪਏ ਪਲੇਟ ਆ, ਠੀਕ ਹੈ ਨਾ, ਵੀਰ ਦਾ ਕਹਿਣਾ ਰੋਜ਼ ਦੇ 3 ਵੀ ਆ ਜਾਣ, 4 ਵੀ ਆ ਜਾਣ, ਚਾਹੇ 10 ਵੀ ਆ ਜਾਣ, ਕਦੀ ਕਦੀ ਘਾਟਾ ਨਹੀਂ, ਸਾਡੇ ਵੱਲੋਂ ਯਾਸੀ ਹੋਊਗੀ ਸਾਰਿਆਂ ਨੂੰ। ਭਾਅ ਜੀ 100 ਬੰਦਿਆਂ ਵਿੱਚੋਂ ਦੋਵਾਂ ਬੰਦਿਆਂ ਦੇ ਮਗਰ ਮੱਤ ਹੁੰਦੀ, 100 ਚੋਂ 2 ਹੀ ਰੱਬ ਦਾ ਨਾਮ ਜਪਲਾਂਗੇ, ਬਾਕੀ ਜਿਹੜੇ ਆ ਪੈਸੇ ਮਗਰ ਭੱਜਣ ਵਾਲੇ ਹੋਣਗੇ। ਉਹ ਦੋਵਾਂ ਵਿੱਚੋਂ ਵੀਰ ਆ, ਜੇ ਇਹਨੇ ਕੀਤਾ ਰੱਬ ਨੇ ਇਹਨੂੰ ਹੋਰ ਤਰੱਕੀ ਦੇਣੀ, ਹੋਰ ਦੇਣੀ। ਬਾਬਾ ਦੀਪ ਸਿੰਘ ਦੇ ਘਰ ਕੋਈ ਘਾਟਾ ਨਹੀਂ ਹੈਗਾ, ਗੁਰੂ ਰਾਮਦਾਸ ਦੀ ਨਗਰੀ 'ਚ ਕੋਈ ਘਾਟਾ ਨਹੀਂ ਹੈਗਾ, ਇਹਨੂੰ ਹੋਰ ਜ਼ਿਆਦਾ ਤਰੱਕੀ ਹੋਣੀ। ਕੀ ਦੇਣਾ ਚਾਹੋਗੇ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਦੇਸ਼ਾਂ ਦੇਸ਼ਾਂ 'ਚ, ਅਪੀਲ ਕੀ ਕਰਨਾ ਚਾਹੋਗੇ, ਕੀ ਬੇਨਤੀ ਕਰਨਾ ਚਾਹੋਗੇ? ਮੈਂ ਤਾਂ ਇਹੋ ਹੀ ਕਰਦਾ ਵੀ ਵੇਖੋ ਜਿਹੋ ਜਿਹਾ ਜਿੱਦਾਂ ਦਾ ਕੋਈ ਕੰਮ ਕਰਦਾ ਨਾ, ਉਹਦਾ ਸਾਥ ਦੇਣਾ ਚਾਹੀਦਾ ਉਹਨੂੰ ਹਰ ਪਾਸਿਓਂ, ਮੈਂਟਲੀ ਬੰਦੇ ਨੂੰ ਸਟਰੋਂਗ ਕਰਨਾ ਹੀ ਪੈਂਦਾ। ਜੇ ਥੋੜ੍ਹੀ ਮਦਦ ਵੀ ਦੇਣੀ ਪਵੇ ਨਾ, ਉਹ ਦੇਣੀ ਚਾਹੀਦੀ ਆ ਵੀ ਯਾਰ ਤੂੰ ਵਧੀਆ ਕੰਮ ਕਰਨਾ, ਤੇਰਾ ਵੇਖ ਕੇ ਕੱਲ੍ਹ ਹੋਰ ਵੀ ਕਰੇਗਾ। ਅਤੇ ਇਹ ਆ ਵੀ ਵੀਰ ਦਾ ਸਹਿਯੋਗ ਦਿਓ, ਜਿਹੜੇ ਵਹਿੰਦੇ ਆ ਵੱਧ ਤੋਂ ਵੱਧ ਖਾਣ ਆਓ, ਵੀ ਉਹਦੇ ਕੋਲ 10 ਮਗਰ ਜੇ 1-2 ਨੂੰ ਫਰੀ ਖਵਾ ਦੇਗਾ ਉਹਨੂੰ ਘਾਟਾ ਨਹੀਂ ਪਏਗਾ, ਜੇ 10 ਤਾਂ 10 ਹੀ ਫਰੀ ਖਾਣ ਵਾਲੇ ਹੋਣਗੇ ਵੀਰ ਨੂੰ ਘਾਟਾ ਪਏਗਾ। ਬਿਲਕੁਲ, ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਵੀਰ ਦਾ ਕਹਿਣਾ ਵੀ ਬਹੁਤ ਜਿਹੜੇ ਘੱਟ ਹੁੰਦੇ ਨੇ ਇਸ ਤਰ੍ਹਾਂ, ਜਿਹੜੇ ਉਪਰਾਲੇ ਕਰਦੇ ਨੇ, ਇਸ ਤਰ੍ਹਾਂ ਦਾ ਉਪਰਾਲਾ ਜਿਹੜਾ ਇਸ ਵੀਰ ਵੱਲੋਂ ਕੀਤਾ ਗਿਆ। ਭਾਵੇਂ ਜਿੰਨੇ ਮਰਜ਼ੀ ਬੰਦੇ ਆਏ ਨੇ ਉਤਰਾ, ਚਲੋ ਆਏ ਜਾਂਦੇ 2-3 ਜਣੇ, ਭਾਵੇਂ 10 ਸਾਲ, ਭਾਵੇਂ ਭਾਅ ਜੀ 1 ਲੱਖ ਬੰਦਾ ਆ ਜਾਵੇ, ਕੋਈ ਚੱਕਰ ਨਹੀਂ, ਸਾਡੇ ਵੱਲੋਂ ਕੋਈ ਮਨਾ ਨਹੀਂ ਕਿਸੇ ਨੂੰ। ਨਹੀਂ, ਇਸ ਨੂੰ ਬੱਚਿਆਂ ਦੀ ਗੱਲ ਕਰੀਏ, ਬੱਚੇ ਵੀ ਆਉਂਦੇ ਨੇ ਖਾਸ ਕਰਕੇ, ਜਾਂ ਵੱਡੇ ਵੱਡੇ ਅਸੀਂ ਦੇਖਦੇ ਵੀ ਜ਼ਿਆਦਾ ਇੱਥੇ ਪੌਸ਼ ਏਰੀਆ ਵਾ, ਲੋਕ ਗੱਡੀਆਂ 'ਚ ਉਤਰ ਕੇ ਆਉਂਦੇ ਨੇ ਲੋਕ। ਹਾਂ, ਦੇ ਗੱਡੀਆਂ 'ਚ ਉਤਰ ਕੇ ਫੈਮਿਲੀ ਵੀ ਆ ਰਹੇ ਆ, ਬੱਚੇ ਵੀ ਆ ਰਹੇ ਆ, ਲੋੜਵੰਦ ਵੀ ਆ ਰਹੇ, ਪਿਆਰ ਦੇ ਰਹੇ ਸਾਰੇ। ਸੁਨੇਹਾ ਕੀ ਦੇਣਾ ਚਾਹੋਗੇ ਅੰਮ੍ਰਿਤਸਰ ਦੇ ਲੋਕਾਂ, ਜਿਹੜੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ? ਕਹਿਣਾ ਚਾਹਾਂਗੇ ਇਹੀ, ਇੱਕ ਵਾਰੀ ਆਉਣ ਸਾਡੇ ਕੋਲ ਟੇਸਟ ਕਰਨ, ਬਾਬਾ ਜੀ ਦੇ ਨਾਂ ਲੈਣ, ਅਤੇ ਉਹਨਾਂ ਦੀ ਖੁਆਇਸ਼ ਜਿਹੜੀ ਉਹ ਖੁਆਇਸ਼ ਪੂਰੀ ਕਰਨਗੇ ਬਾਬਾ ਜੀ, ਚੜ੍ਹਦੀ ਕਲਾ ਬਖਸ਼ਣਗੇ। ਜਿਹੜਾ ਵੀਰ ਭਰਾ ਵੀ ਇੱਥੇ ਆ ਕੇ ਇੱਕ ਵਾਰੀ ਮਿਲ ਕੇ ਜਾਏਗਾ ਭਰਾ ਨੂੰ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਮੋਟੂ ਵੈੱਜ ਚਾਪ, ਜਿਹੜਾ ਕਿ ਬੜਾ ਮਸ਼ਹੂਰ ਹੈ, ਅਤੇ ਅੰਮ੍ਰਿਤਸਰ ਦੇ ਅਰਜੀਤ ਨੂੰ ਰੇਹੜੀ ਮਾਰਕੀਟ, ਤੁਸੀਂ ਦੇਖ ਰਹੇ ਤਸਵੀਰਾਂ ਵਿੱਚ ਰੇਹੜੀ ਮਾਰਕੀਟ ਵਿੱਚ ਜਿਹੜਾ ਕਿ ਨੌਜਵਾਨ ਵੱਲੋਂ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਕਰਕੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਤੁਸੀਂ ਦੱਸੋ ਤੋ ਇੰਨਾ ਪਿਆਰ ਕਰਦੇ ਨੇ, ਇੰਨੀ ਸ਼ਰਧਾ ਕਰਦੇ ਨੇ, ਇੰਨੀ ਕਿ ਜਿਹੜੇ ਦਿਨ ਦੀ ਸ਼ੁਰੂਆਤ ਜਿਹੜੀ ਨੇ ਉਹ ਤਨ ਤਨ ਬਾਬਾ ਦੀਪ ਸਿੰਘ ਦਾ ਕਰਦੇ ਨੇ, ਅਤੇ ਨੌਜਵਾਨ ਦਾ ਕਹਿਣਾ ਵੀ ਰਾਤ 11 ਵੀ ਵੱਜਣ ਇੱਥੋਂ ਛੁੱਟੀ ਕਰਕੇ ਜਦੋਂ ਮੈਂ ਮੱਥਾ ਜ਼ਰੂਰ ਟੇਕ ਕੇ ਆਉਂਦਾ ਤਨ ਤਨ ਬਾਬਾ ਦੀਪ ਸਿੰਘ ਨਾਲ। ਇਸ ਕਰਕੇ ਵਧੀਆ ਉਪਰਾਲਾ ਕੀਤਾ ਜਾ ਰਿਹਾ ਮੋਟੂ ਵੈੱਜ ਚਾਪ ਵਾਲਿਆਂ ਵਾਲ, ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।